ਹੋਰ ਪਾਰਟੀਆਂ ਨਾਲੋਂ ਅਲੱਗ ਕੀ ਲੋਕਤ ਕਰ ਲੈ ਸਰਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਦੇ ਵਿੱਚ ਬੰਦੇ ਹੀ ਮਾੜੇ ਹੁੰਦੇ ਨੇ ਜੇ ਬੰਦੇ ਚੰਗੇ ਆਣ ਤਾਂ ਪਾਰਟੀ ਚੰਗੀ ਬਣ ਜਾਂਦੀ ਆ ਜਿਹੜੀ ਚੀਜ਼ ਤੇ ਪੰਜਾਬ ਸੂਬਾ ਆਧਾਰਿਤ ਤਾਂ ਖੇਤੀ ਤੇ ਉਹਦਾ ਨਾਮ ਨਹੀਂ ਲਿਆ ਗਿਆ ਇਹਨਾਂ ਜਿਹੜੇ ਆਪਣੇ ਮਨਿਸਟਰ ਲੋਕ ਨੇ ਇਹਨਾਂ ਨੂੰ ਚਾਹੀਦਾ ਸੀ ਜਿਵੇਂ ਸੁਆਮੀਨਾਥ ਹੰਦੀ ਜਿਹੜੀ ਰਿਪੋਰਟ ਸੀਗੀ ਜੇ ਕਿਤੇ ਉਹ ਲਾਗੂ ਹੋ ਜਾਂਦੀ ਹੁਣ ਤੱਕ ਤਾਂ ਕਿਤੇ ਨਾ ਕਿਤੇ ਆਪਣਾ ਜਿਹੜੀ ਜਿਹੜਾ ਆਪਣਾ ਸਮਰਥਨ ਮੋਲਾ 7000 ਰੁਪਏ ਦੇ ਕਰੀਬ ਪਹੁੰਚ ਜਾਣਾ ਸੀਗਾ ਪਰ ਇਹ ਲੋਕ ਉਹਨਾਂ ਨਾਲ ਰਲੇ ਹੋਏ ਨੇ ਪਰ ਲੋਕ ਅਧਿਕਾਰ ਜੋ ਉਹਨਾਂ ਨੇ ਇੱਕ ਲਹਿਰ ਬਣਾਈ ਉਹ ਹੁਣ ਪਾਰਟੀ ਦਾ ਰੂਪ ਦੇ ਦਿੱਤਾ ਫਿਰ ਜਿਹੜਾ ਮੁਖੀ ਬੰਦਾ ਉਹ ਚੋਣਾਂ ਕਿਸ ਤਰ੍ਹਾਂ ਨਹੀਂ ਲੜਦਾ ਉਹਦੇ ਵਿੱਚ ਸਾਡਾ ਜਿਹੜਾ ਤੁਸੀਂ ਮੁਖੀ ਵਾਲੀ ਗੱਲ ਕਰਦੇ ਆ ਅਸੀਂ ਉਹ ਸਿਰਫ ਲੋਕਾਂ ਉੱਤੇ ਹੀ ਛੱਡਿਆ ਹੋਇਆ ਜੀ ਫਿਰ ਇਸ ਦਾ ਮਤਲਬ ਕਿ ਹਰਦੀਪ ਸਿੰਘ ਡਿਪਡੇਵਾ ਕਰੈਕਟਰ ਦੇ ਸਹੀ ਤੇ ਸੁਖਪਾਲ ਸਿੰਘ ਖਹਿਰਾ ਦਾਗਦਾਰ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਜਿਵੇਂ ਅੱਜ ਲੋਕ ਅਧਿਕਾਰ ਦੇ ਉੱਤੇ ਲੋਕ ਵਿਸ਼ਵਾਸ ਕਰਨਗੇ ਜੀ ਲੋਕ ਅਧਿਕਾਰ ਲਹਿਰ ਨਹੀਂ ਕਰੀ ਉਤਰਦੀ ਤਾਂ ਆਨਲਾਈਨ ਟਾਈਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਤੇ ਤੇ ਲੋਕ ਪਰੋਸਾਂ ਕਿਉਂ ਕਰਨ ਜਦ ਕਿ ਗੁੱਸਾ ਉਹਨਾਂ ਦਾ ਸਾਰੀਆਂ ਪਾਸੇ ਨੇ ਨਾਲ ਵੀ ਇੱਕ ਵਾਰੀ 45 ਮਿੰਟ ਵਾਸਤੇ ਸਾਡਾ ਪ੍ਰੋਗਰਾਮ ਸੁਣ ਲੈਣਾ ਅੱਗੇ ਜਿਵੇਂ ਉਹ ਫੈਸਲਾ ਕਰਨਗੇ ਸੀ ਉਹਨਾਂ ਦੇ ਨਾਲ ਆ ਸਿਰਫ ਗੱਲ ਇੰਨੀ ਕਾ ਵੀ ਜਿਹੜੀਆਂ ਹੁਣ ਮਰੀਆਂ ਜਮੀਰਾਂ ਵਾਲਿਆਂ ਉਹਨਾਂ ਅੱਗੇ ਹੱਥ ਵਨ ਕੇ ਸਾਡੀ ਬੇਨਤੀ ਆ ਹੱਸੀਗਾ ਦੋਸਤੋ ਬ੍ਰਾਈਡ ਪੰਜਾਬੀ ਟੀਵੀ ਤੇ ਤੁਹਾਡਾ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਹੈ ਮੈਂ ਸੰਸਾਰਦੀਪ ਦੋਸਤੋ 2021 ਦਾ ਅੰਤ ਜਿਹੜਾ ਹੋਣ ਵਾਲਾ ਹੈ ਤਕਰੀਬਨ ਕੁਝ ਮਹੀਨੇ 5 6 ਮਹੀਨੇ ਤਕਰੀਬਨ ਬਾਕੀ ਨੇ ਅੱਧਾ ਸਾਲ ਜਿਹੜਾ ਲੰਘ ਚੁੱਕਿਆ ਪਰ 2022 ਦਾ ਸਾਲ ਜਦੋਂ ਚੜੂਗਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਸਵੇਰਾ ਕਹਿ ਸਕਦੇ ਆ ਕਿ ਲੈ ਕੇ ਆਊਗਾ ਕਿਉਂਕਿ ਇਲੈਕਸ਼ਨਾਂ ਦਾ ਸਾਲ ਆ ਚੋਣਾਂ ਦਾ ਸਾਲ ਆ 2022 ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਹੋਣੀਆਂ ਨੇ ਹਰ ਪਾਰਟੀ ਜਿਹੜੀ ਆ ਚਾਹੇ ਉਹ ਸੱਤਾ ਤੇ ਕਾਂਗਰਸ ਹੋਵੇ ਵਿਰੋਧੀ ਤੇ ਆម ਆਦਮੀ ਪਾਰਟੀ ਹੋਵੇ ਤੇ ਸਭ ਤੋਂ ਪੁਰਾਣੀ ਪਾਰਟੀਆਂ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਹੋਵੇ ਹਰ ਕੋਈ ਆਪਣੀ ਜਿੱਤ ਦੇ ਦਾਅਵੇ ਜਿਹੜੇ ਨੇ ਕਰ ਰਿਹਾ ਹੈ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਜੋ ਕੰਮ ਕੀਤੇ ਨੇ ਉਹਨਾਂ ਦੇ ਜ਼ੋਰ ਤੇ ਜਿਹੜੀ ਆ ਕਾਂਗਰਸ ਦੀ ਸਰਕਾਰ ਰਿਪੀਟ ਹੋਣ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਦੂਰ ਹੋ ਗਈ ਸੀ ਉਹ ਦੁਬਾਰਾ ਤੋਂ ਜਿਹੜੀ ਵਾਪਸੀ ਸੱਤਾ ਦੇ ਵਿੱਚ ਕਰੂਗੀ ਇਸੇ ਤਰ੍ਹਾਂ 2017 ਦੇ ਵਿੱਚ ਪਹਿਲੀ ਵਾਰ ਇਲੈਕਸ਼ਨਾਂ ਲੜਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪਹਿਲੇ ਸਫ਼ਰ ਦੇ ਵਿੱਚ ਅਸੀਂ ਵਿਰੋਧੀ ਧਿਰ ਤੱਕ ਦਾ ਸਫ਼ਰ ਜਿਹੜਾ ਤੈਅ ਕੀਤਾ ਪਰ ਹੁਣ ਜੋ ਸਫ਼ਰ ਹੋਵੇਗਾ ਉਹ ਸੱਤਾ ਦੇ ਕਾਬਜ ਹੋਣਾ ਹੋਵੇਗਾ ਇੰਨਾ ਸਭ ਦੇ ਵਿਚਾਲੇ ਇੱਕ ਪਾਰਟੀ ਇੱਕਦਮ ਉੱਭਰ ਕੇ ਸਾਹਮਣੇ ਆਈ ਜਿਨ੍ਹਾਂ ਦੇ ਮੋਢੀ ਬਾਈ ਰੁਪਿੰਦਰ ਸਿੰਘ ਤੇ ਬਾਈ ਬਲਵਿੰਦਰ ਸਿੰਘ ਜਿਹੜੇ ਇੱਕ ਸੋਚ ਲੈ ਕੇ ਕਹਿੰਦੇ ਨੇ ਕਿ ਚੱਲ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਰਪਸ਼ਨ ਦੇ ਅਗੇਂਸਟ ਲੜਾਈ ਲੜ ਰਹੇ ਹਾਂ ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਲੋਕ ਅਧਿਕਾਰ ਲਹਿਰ ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਰੱਖਿਆ ਪਿੱਛੇ ਜੇ ਜਿਹੜਾ ਲੋਕ ਅਧਿਕਾਰ ਲਹਿਰ ਪਾਰਟੀ ਉਹਨਾਂ ਨੇ 2022 ਦੀਆਂ ਚੋਣਾਂ ਲੜਨ ਦਾ ਜਿਹੜਾ ਐਲਾਨ ਕੀਤਾ ਲੋਕ ਅਧਿਕਾਰ ਲਹਿਰ ਦੇ ਸਮਰਥਕ ਤੇ ਰੁਪਿੰਦਰ ਤੇ ਬਲਵਿੰਦਰ ਦੇਵ ਕਰੀਬੀ ਮੰਨੇ ਜਾਂਦੇ ਬਾਈ ਹਰਿੰਦਰ ਸਿੰਘ ਫਤਿਹਗੜ ਸਾਹਿਬ ਤੋਂ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪ੍ਰੈਨ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਜੋ ਬਾਈ ਜੀ ਸਾਡੀ ਅੱਜ ਹੋਰੇ ਇੰਟਰਵਿਊ ਲੈਣਾ ਹੈ ਬਾਈ ਪਹਿਲਾ ਸਵਾਲ ਏ ਐਲਾਨ ਹੋ ਜਾਂਦਾ ਕਿ ਲੋਕ ਅਧਿਕਾਰ ਲਹਿਰ ਜਿਹੜੀ ਆ ਇਲੈਕਸ਼ਨ ਨਾਲ ਲੜੂਗੀ ਪਹਿਲਾ ਸਵਾਲ ਏ ਕਿ ਹੋਰ ਪਾਰਟੀਆਂ ਨਾਲੋਂ ਅਲੱਗ ਕੀ ਲੋਕ ਅਧਿਕਾਰ ਲਹਿਰ ਪਾਰਟੀ ਦੇਖੋ ਬਾਈ ਜੀ ਜਿਹੜੀਆਂ ਪਹਿਲਾਂ ਰਵੈਤੀ ਪਾਰਟੀਆਂ ਨੇ ਉਹ ਆਪਣੀ ਮੈਨੀਫੈਸਟੋ ਜਾਰੀ ਕਰਦੀਆਂ ਸੀਗੀਆਂ ਵੀ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਪਰ ਸਾਡੀ ਜਿਹੜੀ ਲੋਕ ਅਧਿਕਾਰ ਲਹਿਰਾ ਅਸੀਂ ਕਰਾਂਗੇ ਨਹੀਂ ਅਸੀਂ ਮਤਲਬ ਕਿ ਇਹ ਚੀਜ਼ ਨੂੰ ਚੇਂਜ ਕਰਾਂਗੇ ਮਤਲਬ ਵੀ ਇੱਕ ਚੀਜ਼ ਤਾਂ ਕਹਿੰਦੇ ਉਹ ਮੈਨੀਫੈਸਟੋ ਦਿਖਾ ਦਿੰਦੇ ਆ ਵੀ ਸੀ ਆਹ ਕਰਾਂਗੇ ਉਹ ਦਿਖਾ ਕੇ ਫਿਰ ਕਰਦਾ ਕੋਈ ਹੈ ਨਹੀਂ ਅਸੀਂ ਕਹਿੰਦੇ ਵੀ ਜਿਹੜੀਆਂ ਉਹ ਗੱਲਾਂ ਉਹਨਾਂ ਨੇ ਪਿੱਛੇ ਆਉਣ ਵਾਲੇ 70 ਸਾਲਾਂ ਦੇ ਵਿੱਚ ਜਿਹੜੀਆਂ ਕਰਦੇ ਆ ਰਹੇ ਨੇ ਹੁਣ ਤੱਕ ਗੱਲ ਕਰੀ ਕੋਈ ਹੈ ਨਹੀਂ ਅਸੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਚੇਂਜ ਕਰਾਂਗੇ ਮਤਲਬ ਉਹਨਾਂ ਨੂੰ ਚੇਂਜ ਕਰਕੇ ਦੇਖੋ ਬੰਦਾ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਦੇ ਵਿੱਚ ਬੰਦੇ ਹੀ ਮਾੜੇ ਹੁੰਦੇ ਨੇ ਜੇ ਬੰਦੇ ਚੰਗੇ ਆਣ ਤਾਂ ਪਾਰਟੀ ਚੰਗੀ ਬਣ ਜਾਂਦੀ ਆ ਸੋ ਅਸੀਂ ਉਹ ਚੀਜ਼ ਵਿੱਚ ਜਿਵੇਂ ਜਿਹਾ ਭ੍ਰਿਸ਼ਟਾਚਾਰ ਲਾ ਲਓ ਚਾਹੇ ਆਪਣੀ ਜਿਹੜੀ ਜਵਾਨੀ ਦੇ ਕਿਸਾਨੀ ਲਾ ਲਓ ਜਾਂ ਆਪਣੇ ਜਿਹੜੇ ਪੰਜਾਬ ਦੇ ਇਨਕਮ ਦੇ ਸੋਰਸ ਨੇ ਉਹ ਲਾ ਲਓ ਉਹਨਾਂ ਦੇ ਉੱਤੇ ਹੁਣ ਜਿਹੜੀ ਸਾਡੀ ਜਿਹੜੀ ਇਹ ਹੈਗੀ ਆ ਮਤਲਬ ਇੱਕ ਲੜਾਈ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਨਾਲ ਇੱਕ ਜੋ ਸਾਡਾ ਵਿਤਕਰਾ ਚੱਲ ਰਿਹਾ ਵੀ ਜੋ ਜਿਹੜੇ ਸਰਕਾਰੀ ਈ ਅੱਜਕੱਲ ਜਿਵੇਂ ਸਾਡੇ 4 ਚੀਜ਼ਾਂ ਸੀ ਮੁੱਖ ਰੱਖੀਆਂ ਨੇ ਜਿਦੇ ਵਿੱਚ ਟਰਾਂਸਪੋਰਟ ਹੈਗੀ ਆ ਰੇਤਾ ਵਜਰੀ ਹੈਗੀ ਆ ਤੇ ਠੇਕਾ ਹੈਗੇ ਨੇ ਤੇ ਇੱਕ ਬਿਜਲੀ ਦਾ ਜਿਹੜਾ ਡਿਪਾਰਟਮੈਂਟ ਹੈਗਾ ਸੋ ਇਹ ਚਾਰ ਚੀਜ਼ਾਂ ਸੀ ਇਨਕਮ ਸੋਰਸ ਇਹ ਇਹ ਤੁਸੀਂ ਦੇਖੋ ਜਿੰਨੇ ਵੀ ਇਹ ਬੰਦਿਆਂ ਦੇ ਹੱਥਾਂ 'ਚ ਹੈਗੇ ਆ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਪਾਰਲੀਮੈਂਟ ਦੇ ਵਿੱਚ ਹੱਥ ਪੈਂਦਾ ਕੋਈ ਨਾ ਕੋਈ ਦੇਖੋ ਠੇਕੇ ਜਿੰਨੇ ਪੋਲੀਟੀਕਲ ਬੰਦੇ ਆ ਉਹਨਾਂ ਦੇ ਨੇ ਠੀਕ ਹੈ ਰੇਤਾ ਬਾਜਰੀ ਉਹਨਾਂ ਦਾ ਹੈਗਾ ਠੀਕ ਹੈ ਹੁਣ ਜਿਹੜੀ ਇਹ ਬਿਜਲੀ ਆ ਇਹ ਵੀ ਕਾਰਪੋਰੇਟ ਕਰਨੀ ਨਹੀਂ ਆ ਤੇ ਟਰਾਂਸਪੋਰਟ ਵੀ ਤੁਹਾਨੂੰ ਪਤਾ ਹੋਵੇ ਪੰਜਾਬ 'ਚ ਕਿਹਦੀ ਚੱਲਦੀ ਹੈਗੀ ਆ ਤੁਸੀਂ ਨੇ ਚਾਰ ਚੀਜ਼ਾਂ ਦੇ ਨਾਮ ਲਏ ਨੇ ਕਿ ਅਸੀਂ ਇਹ ਚਾਰ ਚੀਜ਼ਾਂ ਕਰਾਂਗੇ ਪਰ ਜਿਹੜੀ ਚੀਜ਼ ਤੇ ਪੰਜਾਬ ਸੂਬਾ ਆਧਾਰਿਤ ਆ ਖੇਤੀ ਤੇ ਉਹਦਾ ਨਾਮ ਨਹੀਂ ਲਿਆ ਬਾਈ ਜੀ ਦੇਖੋ ਜੀ ਖੇਤੀ ਦੇ ਦੇਖੋ ਖੇਤੀ ਦੇ ਵਿੱਚ ਤਾਂ ਇਹ ਆ ਜਿਹੜਾ ਸੈਂਟਰ ਜਿਹੜਾ ਹੈਗਾ ਆਪਣਾ ਇਹਨਾਂ ਨੇ ਮੁੱਲ ਤੈਅ ਕਰਨਾ ਹੁੰਦਾ ਉਹ ਅਸੀਂ ਇਹਨਾਂ ਜਿਹੜੇ ਆਪਣੇ ਮਨਿਸਟਰ ਲੋਕ ਨੇ ਇਹਨਾਂ ਨੂੰ ਚਾਹੀਦਾ ਸੀ ਜਿਵੇਂ ਸੁਆਮੀ ਨਾਥ ਹੁੰਦੀ ਜਿਹੜੀ ਰਿਪੋਰਟ ਸੀਗੀ ਜੇ ਕਿਤੇ ਉਹ ਲਾਗੂ ਹੋ ਜਾਂਦੀ ਹੁਣ ਤੱਕ ਤਾਂ ਕਿਤੇ ਨਾ ਕਿਤੇ ਆਪਣਾ ਜਿਹੜੀ ਜਿਹੜਾ ਆਪਣਾ ਸਮਰਥਨ ਮੋਲਾ 7000 ਰੁਪਏ ਦੇ ਕਰੀਬ ਪਹੁੰਚ ਜਾਣਾ ਸੀਗਾ ਪਰ ਇਹ ਲੋਕ ਉਹਨਾਂ ਨਾਲ ਰਲੇ ਹੋਏ ਨੇ ਕਿਉਂਕਿ ਇਹ ਉਹਨਾਂ ਤੋਂ ਫਾਇਲ ਲੈਂਦੇ ਆ ਉਹ ਕਹਿੰਦੇ ਵੀ ਬਾਦਲ ਦੀ ਫਾਇਲ ਕੈਪਟਨ ਕੋਲ ਕੈਪਟਨ ਦੀ ਫਾਇਲ ਬਾਦਲ ਕੋਲ ਤੇ ਇਹਨਾਂ ਦੋਨਾਂ ਪਹਿਲਾ ਮੋਦੀ ਕੋਲ ਸੋ ਜੇ ਖੇਤੀ ਦਾ ਦੇਖੋ ਸਾਡਾ ਬੇਸ ਆ ਔਰੇ ਪਰ ਜੇ ਜਿਹੜੀ ਆਪਣਾ ਅੱਜ ਜਿਹੜਾ ਕਰਜ਼ਾ ਜਿਹੜਾ ਸਾਡੇ ਪੰਜਾਬ ਸਰ ਪੌਣੇ 3 ਲੱਖ ਕਰੋੜ ਦਾ ਦੇਖੋ ਕਿਸੇ ਜੱਟ ਨੇ ਨਹੀਂ ਉਹ ਜਿਹੜਾ ਕਿਸੇ ਜ਼ਿਮੀਂਦਾਰ ਨੇ ਨਹੀਂ ਕਿਸਾਨ ਨੇ ਨਹੀਂ ਜਿਹੜਾ ਹੈਗਾ ਜਾਂ ਕਿਸੇ ਮਜ਼ਦੂਰ ਨੇ ਨਹੀਂ ਜਿਹੜਾ ਹੈਗਾ ਅੱਜ ਵੀ ਸਾਡੀਆਂ ਲਿਮਟਾਂ ਦੇਖ ਲਓ ਸਾਡੇ ਵਿੱਚ ਬਣੀਆਂ ਹੋਈਆਂ ਹਰੇਕ ਇੱਕ ਇੱਕ ਬੰਦੇ ਦੀ ਲਿਮਟ ਬਣੀ ਆ ਅਸੀਂ ਪੂਰਾ ਵਿਆਜ ਦੰਨੇ ਆ ਕੁਲ ਡਿਫਾਲਟਰ ਨਹੀਂ ਹੈਗਾ ਇਹ ਸਾਰਾ ਜਿਹੜਾ ਪੌਣੇ 3 ਲੱਖ ਦਾ ਅਸੀਂ ਕਹਿੰਨਾ ਹਸਾਬ ਦੇਣ ਕਰਕੇ ਚੜਾਇਆ ਕੀ ਇਹਨਾਂ ਨੇ ਇਹਨੇ ਮਨਿਸਟਰ ਲੋਕਾਂ ਨੇ ਚੜਾਇਆ ਸੋ ਭਾਰਾ ਸੀ ਰਹੇ ਆ ਆਮ ਬੰਦੇ ਪਰ ਤੁਸੀਂ ਕਹਿੰਦੇ ਹੋ ਮਨਿਸਟਰ ਲੋਕਾਂ ਨੇ ਇਲਜ਼ਾਮ ਤੁਸੀਂ ਲਗਾ ਰਹੇ ਹੋ ਕਿ ਮਨਿਸਟਰ ਲੋਕਾਂ ਨੇ ਚੜਾਇਆ ਪਰ ਉਹ ਮਨਿਸਟਰਾਂ ਨੂੰ ਮਿਨਿਸਟਰੀ ਦੇਣ ਵਾਲੇ ਤਾਂ ਆਪਣੇ ਆਮ ਲੋਕ ਵੋਟਰ ਨੇ ਫਿਰ ਉਹਨਾਂ ਦਾ ਫੈਸਲਾ ਗਲਤ ਦੇਖੋ ਜੀ ਗੱਲ ਐ ਹੁੰਦੀ ਜੀ ਇਹੀ ਚੀਜ਼ ਐ ਜਿਹੜੀ ਸਾਡੀ ਲੋਕ ਅਧਿਕਾਰ ਲਹਿਰਾ ਜਿਹੜੇ ਚੰਗੇ ਲੋਕ ਚਿਹਰੇ ਸੀਗੇ ਅਸੀਂ ਉਹਨਾਂ ਨਾਲ ਜਾ ਕੇ ਮਿਲੇ ਕਿਉਂਕਿ ਇਹ ਕੀ ਹੁੰਦੀ ਐ ਰਾਜਨੀਤੀ ਕੀ ਆ ਇੱਕ ਚੰਗਾ ਬੰਦਾ ਕਹਿੰਦਾ ਮੈਂ ਇਹ ਚੀਜ਼ 'ਚ ਵੜਨਾ ਨਹੀਂ ਚਾਹੁੰਦਾ ਹੈਗਾ ਤੇ ਮਾੜਾ ਬੰਦਾ ਕਹਿੰਦਾ ਮੈਂ ਛੱਡਣਾ ਨਹੀਂ ਚਾਹੁੰਦਾ ਹੈਗਾ ਹੁਣ ਫਿਰ ਆਪਾਂ ਇਹ ਜਿਹੜਾ ਸੁਧਾਰ ਕਿਵੇਂ ਕਰਾਂਗੇ ਸੋ ਅਸੀਂ ਚੰਗੇ ਬੰਦੇ ਨੂੰ ਜਾ ਕੇ ਮਿਲੇ ਬਹੁਤ ਇੱਕ ਉੱਚ ਚਿਹਰੇ ਆ ਕਾਫੀ ਇਹਦੇ ਨਾਮ ਨੇ ਸੋ ਉਹਨਾਂ ਨੂੰ ਅਸੀਂ ਮਿਲੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਨੇ ਸਾਰੀ ਜ਼ਿੰਦਗੀ ਆਪਣੀ ਦੇ ਉੱਤੇ ਦਾਗ ਨਹੀਂ ਲੱਗਣ ਤਾਂ ਚਾਹੇ ਨੌਕਰੀ ਵੀ ਤੁਹਾਡੀ ਚਲੀ ਗਈ ਠੀਕ ਆ ਤੁਸੀਂ ਨੇ ਕਦੇ ਰਿਸ਼ਵਤ ਨਹੀਂ ਲਈ ਤੀ ਹੈਗੀ ਉਹ ਕਹਿੰਦੇ ਹਾਂਜੀ ਬਿਲਕੁਲ ਬਿਪਾਰ ਤੁਸੀਂ ਕਾਰ ਕਿਦੇ ਵਾਸਤੇ ਰਿਹਦੇ ਕਹਿੰਦੇ ਸੀ ਆਪਣੀ ਫੈਮਿਲੀ ਵਾਸਤੇ ਆਪਣੇ ਕੈਰੈਕਟਰ ਵਾਸਤੇ ਕਰਿਆ ਹੈ ਅੱਜ ਉਹਨਾਂ ਦਾ ਕੈਰੈਕਟਰ ਵੀ ਸਹੀ ਆ ਉਹਨਾਂ ਦੀ ਫੈਮਿਲੀ ਵੀ ਸਹੀ ਆ ਉਹਨਾਂ ਦੇ ਬੱਚੇ ਵੀ ਸੈਟ ਨੇ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਜੀ ਵੀ ਜੇ ਕੱਲ ਨੂੰ ਆਪਣਾ ਪੰਜਾਬ ਡੁੱਬਦਾ ਅੱਜ ਤੁਸੀਂ 60 65 ਸਾਲ ਦੇ 70 ਦੇ ਹੋ ਗਏ ਹੋ ਰਿਟਾਇਰਮੈਂਟ ਤੋਂ ਬਾਅਦ ਵੀ 10 10 ਸਾਲ ਹੋ ਗਏ ਗਿਆਨ ਨੂੰ ਠੀਕ ਆ ਵੀ ਜੀ ਤੁਸੀਂ ਜਾਂਦੇ ਜਾਂਦੇ ਮਰਤਾ ਸੀ ਵੀ ਜਾਣਾ ਤੁਸੀਂ ਵੀ ਜਾਣਾ ਵੀ ਜਾਂਦੇ ਜਾਂਦੇ ਕੁਝ ਤੁਸੀਂ ਚੰਗਾ ਕਰ ਜੂਗੇ ਤਾ ਮੇਰੇ ਹਿਸਾਬ ਨਾਲ ਕੋਈ ਮਾੜਾ ਨਹੀਂ ਹੋਊਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਚਲੋ ਜੇ ਤੁਸੀਂ ਕਹਿਣਾ ਵੀ ਪਰ ਸਾਨੂੰ ਲੱਗਦਾ ਨਹੀਂ ਆ ਕੋਈ ਲੀਡਰ ਚੰਗਾ ਸਾਨੂੰ ਅਜੇ ਤੱਕ ਦਿਖਿਆ ਨਹੀਂ ਹੈਗਾ ਪਰ ਜੇ ਤੁਸੀਂ ਨੌਜਵਾਨ ਕਹਿੰਦੇ ਹੋ ਵੀ ਦਿਮਾਗ ਸਾਡਾ ਹੋਊਗਾ ਤੇ ਐਕਟੀਵਿਟੀ ਥੋੜੀ ਹੋਊਗੀ ਤਾਂ ਅਸੀਂ ਨੇ ਬੜਾ ਔਖਾ ਉਹਨਾਂ ਨੂੰ ਲਾਇਆ ਬੜੇ ਵਧੀਆ ਚਿਹਰੇ ਨੇ ਉਹ ਆਨਲਾਈਨ ਟਾਈਮ ਦੇ ਵਿੱਚ ਅਸੀਂ ਉਹ ਮਤਲਬ ਹੋ ਜਾਣਗੇ ਜਾਗਰ ਥੋੜੇ ਦਿਨਾਂ ਤੱਕ ਅੱਛਾ ਬਾਈ ਰੁਪਿੰਦਰ ਸਿੰਘ ਜਿਹੜੇ ਲੋਕ ਅਧਿਕਾਰ ਲਹਿਰ ਦੇ ਮੁੱਖ ਚਿਹਰੇ ਨੇ ਬਾਈ ਬਲਵਿੰਦਰ ਉਹਨਾਂ ਦੇ ਨਾਲ ਮੈਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਗੱਲ ਕਹੀ ਸੀ ਕਿ ਕਦੇ ਵੀ ਰੁਪਿੰਦਰ ਤੇ ਬਲਵਿੰਦਰ ਜਿਹੜੇ ਨੇ ਚੋਣਾਂ ਨਹੀਂ ਲੜਨਗੇ ਪਰ ਲੋਕ ਅਧਿਕਾਰ ਜੋ ਉਹਨਾਂ ਨੇ ਇੱਕ ਲਹਿਰ ਬਣਾਈ ਉਹ ਹੁਣ ਪਾਰਟੀ ਦਾ ਰੂਪ ਦੇ ਦਿੱਤਾ ਫਿਰ ਜਿਹੜਾ ਮੁਖੀ ਬੰਦਾ ਉਹ ਚੋਣਾਂ ਕਿਸ ਤਰ੍ਹਾਂ ਨਹੀਂ ਲੜੂਗਾ ਦੇਖੋ ਬਾਈ ਜੀ ਉਹਨਾਂ ਦਾ ਕਹਿਣ ਦਾ ਭਾਵੇਂ ਸੀਗਾ ਵੀ ਸਾਡੀ ਜਿਹੜੀ ਲੋਕ ਅਧਿਕਾਰ ਇੱਕ ਲਹਿਰਾ ਨਾ ਕਿ ਪਾਰਟੀ ਆ ਪਰ ਹੁਣ ਸਾਨੂੰ ਉਹਨਾਂ ਲਈ ਟਾਈਮ ਦੇ ਵਿੱਚ ਇੱਕ ਪਾਰਟੀ ਐ ਛੇ ਸਾਨੂੰ ਰੂਪ ਦੇਣਾ ਪਵੇ ਪਰ ਇਹ ਦੇ ਦਿੱਤਾ ਬਾਈ ਜੀ ਐਲਾਨ ਹੋ ਚੁੱਕਿਆ ਇਲੈਕਸ਼ਨਾਂ ਲੜਨ ਦਾ ਹਾਂਜੀ ਇਲੈਕਸ਼ਨ ਲੜਨ ਦਾ ਐਲਾਨ ਹੋ ਚੁੱਕਿਆ ਪਰ ਉਹਦੇ ਵਿੱਚ ਸਾਡਾ ਜਿਹੜਾ ਤੁਸੀਂ ਮੁੱਖੀ ਵਾਲੀ ਗੱਲ ਕਰਦੇ ਆ ਅਸੀਂ ਉਹ ਸਿਰਫ ਲੋਕਾਂ ਉੱਤੇ ਹੀ ਛੱਡਿਆ ਹੋਇਆ ਜਿਹੜੇ ਮੁੱਖ ਚਿਹਰੇ ਹੋਣਗੇ ਜਿਵੇਂ ਫੋਰ ਐਗਜ਼ਾਮਪਲ ਅਸੀਂ ਇੱਕ ਪਿੰਡ ਵਿੱਚੋਂ ਜਾਂਨੇ ਆ ਅਸੀਂ ਇੱਕ ਪਿੰਡ ਵਿੱਚੋਂ ਕੋਈ ਬੰਦਾ ਕੱਢਾਂਗੇ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਬੰਦਾ ਕੈਰੇਕਟਰ ਦਾ ਸਾਫ਼ ਹੋਵੇ ਜਿਹੜੇ ਬੰਦੇ ਨੇ ਕਦੇ ਕੋਈ ਕਿਸੇ ਪਾਰਟੀ ਵੱਲੋਂ ਚੋਣਾਂ ਨਾਲ ਲੜਿਆ ਹੋਵੇ ਨਾ ਕਿਸੇ ਪਾਰਟੀ ਵੱਲੋਂ ਖੜਿਆ ਹੋਵੇ ਚਾਹੇ ਉਹ ਜਿੱਤਿਆ ਚਾਹੇ ਉਹ ਹਾਰਿਆ ਉਹਨੂੰ ਨਹੀਂ ਅਸੀਂ ਲਵਾਂਗੇ ਵੀ ਉਹ ਅਸੀਂ ਲੋਕਾਂ ਵਿੱਚੋਂ ਹੀ ਜਿਵੇਂ ਆਪਾਂ ਪਿੰਡ ਵਿੱਚ ਜਿਹਦਾ ਕੈਰੈਕਟਰ ਸਹੀ ਹੋਊਗਾ ਉਹਨਾਂ ਵਿੱਚੋਂ ਹੀ ਕੱਢਣੇ ਆਪਾਂ ਨੇ ਠੀਕ ਨਹੀਂ ਗੱਲ ਫਿਰ ਅਸੀਂ ਜਿਹੜੇ ਉਹ ਬੰਦੇ ਨਿਕਲਣਗੇ ਚਾਹੇ 20 ਨਿਕਲਣ 25 ਨਿਕਲਣ ਜਿਹੜਾ ਕੋਈ ਸੇਵਾ ਕਰਨ ਦਾ ਇੱਛਾ ਕਰਨ ਦਾ ਬਲ ਰੱਖਦਾ ਹੋਊਗਾ ਠੀਕ ਆ ਫਿਰ ਅਸੀਂ ਉਹਨਾਂ ਵਿੱਚੋਂ ਉਹਨਾਂ ਦੀ ਇੱਕ ਤਰ੍ਹਾਂ ਦੀ ਚੋਣ ਕਰਾਣੇ ਵੀ ਆਪਾਂ ਇਹਨਾਂ ਦੇ ਵਿੱਚੋਂ ਕਿਹਨੂੰ ਰਲ ਕੇ ਉਹ ਚਿਹਰੇ ਨੂੰ ਕਿਉਂਕਿ ਚਿਹਰਾ ਉਹੀ ਆਊਗਾ ਬਾਈ ਜੀ ਸਾਡੇ ਦਾ ਉਲਟ ਕੰਮ ਬਾਕੀ ਪਾਰਟੀਆਂ ਦੇ ਵਿੱਚ ਤਾਂ ਲੋਕ ਟਿਕਟ ਲੈਣ ਨੂੰ ਭੱਜਦੇ ਆ ਸਾਡੇ ਦਾ ਉਹ ਰੇ ਟਿਕਟ ਲੈਣ ਨੂੰ ਕਹਿੰਦੇ ਮੈਨੂੰ ਨਾਮ ਮਿਲੇ ਵੀ ਇੰਨਾ ਟਫ ਹੋ ਜਾਣਾ ਕੰਮ ਸਾਡੇ ਵਾਲਾ ਤਾਂ ਸੋ ਕਹਿਣ ਦਾ ਭਾਵ ਹੈ ਜਿੱਥੇ ਇਮਾਨਦਾਰੀ ਹੋਗੀ ਉੱਥੇ ਇਮਾਨਦਾਰ ਬੰਦਾ ਹੀ ਖੜੂਗਾ ਦੂਆ ਬੰਦੇ ਦਾ ਪੈਰ ਨਹੀਂ ਲੱਗਣੇ ਹੈਗੇ ਅੱਛਾ 26 ਜਨਵਰੀ ਨੂੰ ਜਿਹੜਾ ਨੌਜਵਾਨ ਸ਼ਹੀਦ ਹੁੰਦਾ ਨਵਰੀਤ ਸਿੰਘ ਉਹਦੇ ਦਾਦਾ ਜੀ ਕਾਫੀ ਨੇੜਤਾ ਰੱਖਦੇ ਨੇ ਰਪਿੰਦਰ ਹੁਣਾ ਨਾਲ ਉਹਨਾਂ ਦੇ ਨਾਲ ਅਕਸਰ ਦੇਖੇ ਜਾਂਦੇ ਨੇ ਭਾਈ ਹਰਦੀਪ ਸਿੰਘ ਜੀ ਡਿਬ ਡਿਬਾ ਪਰ ਉਹਨਾਂ ਦੀ ਨੇੜਤਾ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਸੀ ਉਹਨਾਂ ਦੇ ਨਾਲ ਵੀ ਕਾਫੀ ਵਾਰ ਦੇਖੇ ਗਏ ਫਿਰ ਹੁਣ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਜਾ ਚੁੱਕੇ ਨੇ ਕਾਂਗਰਸ ਉਹ ਜੁਆਇਨ ਕਰ ਚੁੱਕੇ ਨੇ ਫਿਰ ਇਸ ਦਾ ਮਤਲਬ ਕਿ ਹਰਦੀਪ ਸਿੰਘ ਡਿਬਡੇਵਾ ਕਰੈਕਟਰ ਦੇ ਸਹੀ ਤੇ ਸੁਖਪਾਲ ਸਿੰਘ ਖਹਿਰਾ ਦਾਗਦਾਰ ਦੇਖੋ ਗੱਲ ਐਵੇਂ ਐ ਦੇਖੋ ਉਹਨਾਂ ਨੇ ਤੁਸੀਂ ਖੈਰਾ ਸਾਹਿਬ ਨੂੰ ਦੇਖ ਲਓ ਇਹਨਾਂ ਦੇ ਪਿੱਛੇ ਬੈਕਗ੍ਰਾਉਂਡ ਦੇਖੋ ਹੁਣ ਤੱਕ ਕਿੰਨੀਆਂ ਪਾਰਟੀਆਂ ਪਹਿਲਾਂ ਹੈ ਕਾਂਗਰਸ ਚ ਗਏ ਫਿਰ ਇਹਨਾਂ ਨੂੰ ਸੀਟ ਦਾ ਸੀਗਾ ਲਾਲਚ ਫਿਰ ਇਹ ਆਪ ਪਾਰਟੀ ਚ ਆਏ ਉੱਥੇ ਇਹਨਾਂ ਦਾ ਵਿਖਰੇਮਾ ਹੋ ਗਿਆ ਪਿੱਛੇ ਇਹਨਾਂ ਦੇ ਚਲੋ ਜੋ ਰੇਟ ਹੋਈ ਆ ਉਸ ਤੋਂ ਬਾਅਦ ਹੁਣ ਇਕਦਮ ਫੇਰ ਉਹਨਾਂ ਦੀ ਜੇਬਾਂ ਸਾਰੇ ਤੁਸੀਂ ਇੰਟਰਵਿਊ ਪਿੱਛੇ ਆਈ ਹੋਣਾ ਤੁਸੀਂ ਸੁਣੀ ਵੀ ਹੋਣੀ ਆ ਵੀ ਮੈਂ ਤਾਂ ਇੱਕ ਵਿਸ਼ਵਾਸ ਕਰ ਸਕਦਾ ਦੇਖੋ ਆਪਾਂ ਕਿਸੇ ਵੀ ਇਨਸਾਨ ਉੱਤੇ ਵਿਸ਼ਵਾਸ ਹੀ ਕਰ ਸਕਦੇ ਆ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਜਿਵੇਂ ਅੱਜ ਲੋਕ ਅਧਿਕਾਰ ਦੇ ਉੱਤੇ ਲੋਕ ਵਿਸ਼ਵਾਸ ਕਰਨਗੇ ਜੇ ਲੋਕ ਅਧਿਕਾਰ ਲਹਿਰ ਨਹੀਂ ਖੜੀ ਉੱਤਰਦੀ ਤਾਂ ਆਨਲਾਈਨ ਟਾਈਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਠ ਜਾਊਗਾ ਜਾਨੀ ਜਿੱਥੇਕ ਤੱਕ ਸਾਡਾ ਮਨ ਕਹਿ ਰਿਹਾ ਠੀਕ ਆ ਕਿਉਂਕਿ ਜਿਹੜੇ ਕਿ ਬੰਦੇ ਹੁਣ ਨਾਲ ਜੁੜੇ ਨੇ ਉਹ ਇੰਨੇ ਇੱਕ ਮਤਲਬ ਕਰਤਾਰ ਦੇ ਤੇ ਕੈਰੇਕਟਰ ਦੇ ਸੱਚੇ ਸੁੱਚੇ ਨੇ ਉਹ ਉੱਠਦੇ ਨਹੀਂ ਸੀਗੇ ਸਾਨੂੰ ਪਤਾ ਸੀ ਕਿਵੇਂ ਠਾਲੇ ਆ ਕਿਉਂਕਿ ਹਰ ਇੱਕ ਬੰਦਾ ਜਿਹੜਾ ਚੰਗਾ ਉਹ ਇਹ ਚੀਜ਼ 'ਚ ਵੜਨਾ ਨਹੀਂ ਚਾਹੁੰਦਾ ਹੈਗਾ ਪਰ ਅਸੀਂ ਨੇ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਲੈ ਕੇ ਆਂਦਾ ਪਰ ਜੇ ਅੱਜ ਲੋਕ ਨਾ ਸਮਝੇ ਤਾਂ ਤੁਹਾਨੂੰ ਮੈਂ ਦੱਸਦਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਬਹੁਤ ਮਾੜੀ ਦिशा ਹੋ ਜੂਗੀ ਕਿਹੜੇ ਮੁੱਖ ਚਿਹਰੇ ਨੇ ਕੁਝ ਤਾਂ ਜਾਗਰ ਹੋ ਵੀ ਚੁੱਕੇ ਨੇ ਕਿਹੜੇ ਮੁੱਖ ਚਿਹਰੇ ਨੇ ਜਿਨ੍ਹਾਂ ਤੇ ਪੰਜਾਬ ਦੇ ਲੋਕ ਜਿਹੜੇ ਨੇ ਵਿਸ਼ਵਾਸ ਕਰਨ ਜਾਂ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਜਾਣਦੇ ਨੇ ਕਿਹੜੇ ਨੇ ਮੁੱਖ ਚਿਹਰੇ ਦੇਖੋ ਗੱਲ ਐਵੇਂ ਆ ਜੀ ਪਹਿਲੀ ਗੱਲ ਤਾਂ ਅਸੀਂ ਇਹਦੇ ਵਿੱਚ ਜਿਹੜੀ ਯੋਗਤਾ ਰੱਖੀ ਆ ਗ੍ਰੈਜੂਏਸ਼ਨ ਆ ਪਰ ਜਿਹੜੇ ਹੁਣ ਅਸੀਂ ਬੀਸੀ ਵਗੈਰਾ ਨੇ ਜਿਹੜੇ ਯੂਨੀਵਰਸਿਟੀਆਂ ਦੇ ਜਿਹੜੇ ਰਿਟਾਇਰ ਹੋਏ ਨੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਦੇ ਬੀਸੀ ਸੀਗੇ ਠੀਕ ਆ ਹੋਰ ਇੱਕ ਦੋ ਯੂਨੀਵਰਸਿਟੀਆਂ ਦੇ ਬੀਸੀ ਆ ਤੇ ਆਈਪੀਐਸ ਨੇ ਪੀਸੀਐਸ ਨੇ ਕਾਫੀ ਜਿਹੜੇ ਜਿਹੜੇ ਕਰੈਕਟਰ ਦੇ ਇਮਾਨਦਾਰ ਅਫਸਰ ਸੀਗੇ ਜਿਨ੍ਹਾਂ ਉੱਤੇ ਬੇਦਾਗ ਨੇ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਰਿਸ਼ਵਤ ਨਾਲ ਲੱਤੀਆਂ ਨਾ ਲੈਣ ਦਿੱਤੀ ਆ ਮਤਲਬ ਇਹ ਜਿਹੇ ਚਿਹਰੇ ਨੇ ਕੁਝ ਦੇ ਮੈਨੂੰ ਵੀ ਨਹੀਂ ਪਤਾ ਹੈਗਾ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਛੇਤੀ ਉਹ 10-15 ਦਿਨ ਤੱਕ ਅਸੀਂ ਉਹ ਕਰ ਦਾਂਗੇ ਤੇ ਇਹ ਕਹਿਣ ਦਾ ਭਾਵਾ ਵੀ ਮਤਲਬ ਉਹ ਚਿਹਰੇ ਇਹ ਜਿਹੇ ਨੇ ਜਿੱਦਣ ਉਹ ਤੁਹਾਡੇ ਸਾਹਮਣੇ ਆਉਣਗੇ ਤੁਹਾਡਾ ਦਿਲੋਂ ਹੀ ਦਿਲੋਂ ਹੀ ਬੰਦਾ ਮੰਨ ਕਰੂਗਾ ਵੀ ਚੱਲ ਯਾਰ ਇਹ ਬੰਦਾ ਤਾਂ ਬਾਕੀ ਪੰਜਾਬ ਵਾਸਤੇ ਉਦੋਂ ਜਿਹੜਾ ਕੋਈ ਇਹਨਾਂ ਸਰਕਾਰਾਂ ਦੇ ਵਿਰੁੱਧ ਬੋਲਿਆ ਸੀਗਾ ਅਫਸਰ ਹੋਣ ਦੇ ਬਾਵਜੂਦ ਕਿਸੇ ਵਿਧਾਇਕਾਂ ਦੇ ਵਿਰੁੱਧ ਬੋਲਣਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਔਖਾ ਤੁਸੀਂ ਗ੍ਰੈਜੂਏਸ਼ਨ ਦੀ ਗੱਲ ਕਰੀ ਕਿ ਇਲੈਕਸ਼ਨ ਲੜਨ ਦੇ ਲਈ ਗ੍ਰੈਜੂਏਸ਼ਨ ਕਿਤੇ ਜੋ ਗੱਲਾਂ ਤੁਸੀਂ ਆਨ ਰਿਕਾਰਡ ਗੱਲਾਂ ਕਰ ਰਹੇ ਹੋ ਕਿ ਗ੍ਰੈਜੂਏਸ਼ਨ ਇਹ ਹਰਿੰਦਰ ਸਿੰਘ ਨਹੀਂ ਬੋਲ ਰਿਹਾ ਬਾਈ ਬਲਵਿੰਦਰ ਤੇ ਰੁਪਿੰਦਰ ਬੋਲ ਰਹੇ ਨੇ ਹਾਂਜੀ ਹਾਂਜੀ ਕਿਤੇ ਇਸੇ ਮਿਸ਼ਨ ਤੋਂ ਆਪਣੇ ਤੋਂ ਥਿੜਕਤਾ ਨਹੀਂ ਜਾਊਗੀ ਕਿਤੇ ਕੱਲ ਨੂੰ ਕਿਸੇ 10ਵੀਂ ਵਾਲੇ ਨੂੰ ਜਾਂ 5ਵੀਂ ਵਾਲੇ ਨੂੰ ਟਿਕਟ ਮਿਲ ਜਾਏਗੀ ਨਹੀਂ ਜੀ ਬਿਲਕੁਲ ਨਹੀਂ ਅਸੀਂ ਜੋ ਵੀ ਪ੍ਰੋਸ਼ਰ ਸਾਡੇ ਦੇਖੋ ਤੁਸੀਂ ਅਸੀਂ ਆਨਲਾਈਨ ਵੀ ਅਸੀਂ ਭਰ ਰਹੇ ਹਾਂ ਔਰ ਅਸੀਂ ਬਿਲਕੁਲ ਨਹੀਂ ਸਾਡੇ ਇਹਨੀਆਂ ਗੱਲਾਂ ਲਿਖੀਆਂ ਹੋਣਗੀਆਂ ਇੱਕ ਇੱਕ ਗੱਲ ਤੇ ਅਸੀਂ ਸਟੈਂਡ ਕਰਾਂਗੇ ਅੱਜ ਵੀ ਕਹਿ ਰਹੇ ਹਾਂ ਬੀਪਾਰਟ ਲਹਿਰ ਦੇ ਵਿੱਚ ਉਹਨੂੰ ਦਾਖਲ ਮਲੂਆ ਜਿਹੜਾ ਗ੍ਰੈਜੂਏਸ਼ਨ ਕਰੀ ਹੋਈ ਆ ਤੇ ਜਿਹੜਾ ਕਿਸੇ ਪਾਰਟੀ ਵੱਲੋਂ ਚਾਉਣ ਨਾਲ ਲੜਿਆ ਹੋਵੇ ਕਿਸੇ ਪਾਰਟੀ ਨਾਲ ਸਬੰਧ ਨਾ ਰੱਖਦਾ ਹੋਵੇ ਪਹਿਲਾਂ ਹਾਂ ਪਹਿਲਾਂ ਅਸੀਂ ਮੁੱਖ ਹੀ ਰੱਖਿਆ ਵੀ ਉਹਨਾਂ ਨੂੰ ਤਾਂ ਅਸੀਂ ਬਿਲਕੁਲ ਇਹ ਅਲਾਉ ਨਹੀਂ ਕਰ ਦੇਖੋ ਯਾਰ ਫਿਰ ਜੇ ਦੇਖੋ ਸਾਡਾ ਮੇਨ ਮੁੱਦਾ ਹੈਗਾ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੁਣ ਤੱਕ ਹੁੰਦਾ ਕੀ ਆਇਆ ਦੇਖੋ ਜਦੋਂ ਕੋਈ ਬੰਦਾ ਟਿਕਟ ਲੈ ਕੇ ਮਤਲਬ ਪਾਰਟੀ ਨੂੰ ਜੁਆਇਨ ਕਰਦਾ ਜਾਂ ਕਿਸੇ ਦਾ ਨਜ਼ਦੀਕੀ ਹੁੰਦਾ ਹਨਾ ਫਿਰ ਜਾਂ ਤਾਂ ਆਪਣੀ ਜ਼ਮੀਰ ਵੇਚ ਕੇ ਉਹ ਉਥੇ ਜੁਆਇਨ ਕਰਦਾ ਠੀਕ ਹੈ ਨਾ ਫਿਰ ਉਹ ਕੰਮ ਨਹੀਂ ਕਰਦਾ ਹੁੰਦਾ ਅਸੀਂ ਤਾਂ ਹੁਣ 125 ਬੰਦੇ 500 ਬੰਦਾ ਇੱਕ ਐਮਐਲਏ ਦੇ ਨਾਲ ਲਾ ਦੇਣਾ ਇੱਕ ਤਰ੍ਹਾਂ ਉਹਦੇ ਤੇ ਕੋਰ ਕਮੇਟੀ ਬਣਾ ਦੇਣੀ ਹੈ ਉਹਦੇ ਤੇ ਉਹ ਨਾ ਤਾਂ ਉਹਨੂੰ ਅਸੀਂ ਕੋਈ ਫੰਕਸ਼ਨ ਅਟੈਂਡ ਕਰਨ ਦੀ ਜਿਹੜੇ ਪਰਸਨਲ ਫੰਕਸ਼ਨ ਹੋਣਗੇ ਉਹਦੀ ਰਿਸ਼ਤੇਦਾਰੀਆਂ ਹੋਣਗੀਆਂ ਉਹ ਜਾ ਸਕਦਾ ਬਾਕੀ ਉੱਪਰ ਵਾਲੇ ਕੰਮ ਸਾਡੇ ਜਿਹੜਾ 500 ਬੰਦਾ ਹੋਊਗਾ ਉਹੀ ਦੇਖੂਗਾ ਵੀ ਤਾਂ ਸਿਰਫ ਲੋਕਾਂ ਵਾਸਤੇ ਟਾਈਮ ਕੱਢਣਾ ਤਾਂ ਫालतੂ ਨਹੀਂ ਘੁੰਮਣਾ ਹੈਗਾ ਅੱਛਾ ਜੇਕਰ ਕੋਈ ਹੋਰ ਪਾਰਟੀਆਂ ਦੇ ਵਿੱਚੋਂ ਕੱਲ ਨੂੰ ਕੋਈ ਲੋਕ ਅਧਿਕਾਰ ਲਹਿਰ ਦੇ ਨਾਲ ਕੋਈ ਵੀ ਲੀਡਰ ਜੁਆਇਨ ਕਰਨ ਦੇ ਲਈ ਕੋਈ ਰਾਬਤਾ ਕਾਇਮ ਕਰਦਾ ਚਾਹੇ ਕਿਸੇ ਪਾਰਟੀ ਦਾ ਹੋਵੇ ਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਜਾਂ ਆਮ ਆਦਮੀ ਪਾਰਟੀ ਦਾ ਹੋਵੇ ਤਾਂ ਉਹਦੀ ਜੁਆਇਨਿੰਗ ਹੋਊਗੀ ਦੇਖੋ ਸਾਡੇ ਨਾਲ ਆ ਕੇ ਸਾਡੀ ਮੈਂਬਰਸ਼ਿਪ ਲੈ ਸਕਦਾ ਪਰ ਅਸੀਂ ਟਿਕਟ ਨਹੀਂ ਬਿਲਕੁਲ ਦਵਾਂਗੇ ਤੁਹਾਨੂੰ ਮੈਂ ਪਹਿਲਾਂ ਵੀ ਬਾਰ ਬਾਰ ਕਹਿ ਚੁੱਕਿਆ ਹਾਂ ਵੀ ਕਿਸੇ ਵੀ ਪਾਰਟੀ ਦਾ ਅਸੀਂ ਚਾਹ ਜਿਹੜੀ ਮਰਜ਼ੀ ਪਾਲ ਕਿਉਂਕਿ ਹੁਣ ਤੱਕ ਕੋਈ ਪਾਰਟੀ ਦੇ ਵਿੱਚ ਕੋਈ ਅਹਜਾ ਜਿਹੜਾ ਜਿਹਦੀ ਛਵੀ ਸਾਫ਼ ਹੋਵੇ ਹੁਣ ਤੱਕ ਹੋਇਆ ਨਹੀਂ ਹੈ ਕਿਉਂਕਿ ਪਤਾ ਗੱਲ ਕੀ ਹੁੰਦੀ ਹੈ ਸੰਸਾਰਦੀਪ ਜੀ ਜਦੋਂ ਨਾ ਸਾਰਾ ਸਮੁੰਦਰੇ ਗੰਦਲਾ ਹੋਇਆ ਹੋਵੇ ਜਾਂ ਇੱਕ ਮੱਛੀ ਨੇ ਕਰਾ ਹੋਵੇ ਫਿਰ ਜੇ ਇੱਕ ਬੰਦਾ ਉਹ ਜੀ ਸਾਫ਼ ਬੜ ਵੀ ਜਾਵੇ ਉਹ ਵੀ ਫਿਰ ਦੇਖ ਦੂ ਕਿ ਇਹੀ ਲੱਗ ਜਾਂਦਾ ਕਹਿਣਾ ਵੀ ਜਦ ਇਹ ਲੱਗੇ ਹੋਇਆ ਮਾਂ ਵੀ ਨਾਲੇ ਲੱਗ ਜਾਣਾ ਹੁਣ ਜੇ ਸਾਡੀ ਪਾਰਟੀ ਸਾਰੀ ਉਹ ਸਾਫ਼ ਹੋਊਗੀ ਤੇ ਜੇ ਕਿੱਦਾਂ ਮਾੜਾ ਬੰਦਾ ਇਨ ਕੇਸ ਵੈਸੇ ਅਸੀਂ ਆਉ ਨਹੀਂ ਹੁੰਦੇ ਜੀ ਆ ਆ ਵੀ ਜਾਂਦਾ ਤਾਂ ਅਸੀਂ ਉਹਨੂੰ ਇਹ ਜੀ ਉਹਦੀ ਮਤਲਬ ਕਿ ਇੱਕ ਸਵੱਟੀ ਜੀ ਨੂੰ ਕੱਢਣਾ ਉਹ ਆਪਣੇ ਆਪੇ ਸੈੱਟ ਹੋ ਜਾਣਾ ਮਤਲਬ ਵੈਸੇ ਤਾਂ ਅਸੀਂ ਮਾੜੇ ਬੰਦੇ ਨੂੰ ਅਸੀਂ ਲੈਣਾ ਹੀ ਨਹੀਂ ਹੈਗਾ ਅੱਛਾ ਅੱਛਾ ਭਾਈ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਕਿ ਕ腐ਪਸ਼ਨ ਦਾ ਹੈਗਾ ਮੁੱਦਾ ਕਿਸਾਨੀ ਦਾ ਹੈਗਾ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤੇ ਹਰ ਪਾਰਟੀ ਦੇ ਲਈ ਰੋਸ ਆ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਬੋਰਡ ਵੀ ਲੱਗੇ ਹੋਏ ਨੇ ਕਿ ਕਿਸੇ ਵੀ ਪਾਰਟੀ ਦਾ ਸਿਆਸੀ ਲੀਡਰ ਜਿਹੜਾ ਕੋਈ ਨਾ ਆਵੇ ਫਿਰ ਥੋੜੇ ਤੇ ਲੋਕ ਪਰੋਸਾਂ ਕਿਉਂ ਕਰਨ ਜਦਕਿ ਗੁੱਸਾ ਉਹਨਾਂ ਦਾ ਸਾਰੀਆਂ ਪਾਰਟੀਆਂ ਦੇ ਨਾਲ ਹੈ ਬਾਈ ਜੀ ਅਸੀਂ ਕਹਿੰਨਾ ਸਾਡੇ ਪਿੰਡਾਂ ਦੇ ਵਿੱਚ ਹਜੇ ਲੋ ਹੁਣ ਪਿੱਛੇ ਕਰੋਨਾ ਕਰਕੇ ਥੋੜੀ ਜਿਹੀ ਪ੍ਰੋਗਰਾਮ ਘੱਟ ਹੋਇਆ ਸਾਡਾ ਸਿਰਫ 45 ਮਿੰਟ ਦੀ ਪ੍ਰੋਗਰਾਮ ਹੁੰਦਾ ਵੀ ਇੱਕ ਵਾਰੀ 45 ਮਿੰਟ ਵਾਸਤੇ ਸਾਡਾ ਪ੍ਰੋਗਰਾਮ ਸੁਣ ਲੈਣ ਅੱਗੇ ਜਿਵੇਂ ਉਹ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹ ਚੀਜ਼ਾਂ ਵਾਂਗੂ ਨਹੀਂ ਹੈ ਕਿ ਅਸੀਂ ਕੋਈ ਕੁਰਸੀ ਲੈਣ ਵਾਸਤੇ ਆਏ ਆ ਅਸੀਂ ਤਾਂ ਸਿਰਫ ਇੱਕ ਵਾਰੀ ਜਿਹੜੇ ਆਪਣੇ ਬੱਚੇ ਅੱਜ ਆਪਣਾ ਪੰਜਾਬ ਛੱਡ ਕੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰ ਜਾ ਰਹੇ ਆ ਸਿਰਫ ਆਪਣੇ ਇੱਕ ਚੀਜ਼ ਨੂੰ ਬਚਾਉਣ ਵਾਸਤੇ ਹੁਣ ਤੁਸੀਂ ਦੇਖੋ ਅੱਗੇ ਕਿੰਨੇ ਆਈਐਸਪੀਸੀਐਸ ਆਪਣੇ ਡੀਸੀ ਤੱਕ ਆਪਣੇ ਪੰਜਾਬੀ ਬੱਚੇ ਹੁੰਦੇ ਸੀਗੇ ਹੁਣ ਤੁਸੀਂ ਦੇਖ ਲਓ ਕਿੰਨੇ ਆ ਆਪਣੇ ਉਰੇ ਰਹਿ ਗਏ ਆ ਕਿਉਂਕਿ ਪਲਾਸਟੂ ਤੋਂ ਬਾਅਦ ਨੇਚਰਲੀ ਹਰ ਇੱਕ ਬੱਚਾ ਆਈਲੈਂਟਸ ਕਰਦਾ ਤੇ ਆਪਣਾ ਬਾਹਰ ਚਲੇ ਜਾਂਦਾ ਤੇ ਉਹ ਉਹ ਦਾ ਕਾਰਨ ਨਹੀਂ ਹੈ ਸਿਸਟਮ ਨੂੰ ਦੇਖ ਕੇ ਉਹ ਬਾਹਰ ਜਾ ਰਹੇ ਨੇ ਸੋ ਸਾਡੀ ਕੋਈ ਇਹ ਕੋਈ ਇਹ ਮਨਸ਼ਾ ਨਹੀਂ ਗੀ ਬੀਐਸੀ ਜੋ ਸੌ ਚੱਕ ਕੇ ਜਿਵੇਂ ਪਾਰਟੀਆਂ ਸੌਹਾਂ ਖਾ ਲੈਂੀਆਂ ਕਿਉਂਕਿ ਯਾਤਰਾ ਆਪਣੇ ਲੋਕਾਂ ਦਾ ਨਾ ਵਿਸ਼ਵਾਸ ਧਰਮ ਉੱਤੇ ਬਣਿਆ ਹੁੰਦਾ ਹੈ ਇਹਨਾਂ ਨੇ ਵੀ ਸੌ ਖਾਧੀਆਂ ਨੇ ਤੇ ਉਹਨਾਂ ਨੇ ਵੀ ਸੌ ਖਾਧੀਆਂ ਨੇ ਮੇਰਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਜਿਹੜਾ ਬੰਦਾ ਸੌ ਖਾਊਗਾ ਉਹ ਕਦੇ ਵੀ ਖਰਾ ਨਹੀਂ ਉਤਰੂਗਾ ਸੋ ਅਸੀਂ ਸੌ ਨਹੀਂ ਖਾਂਦੇ ਅਸੀਂ ਕਮਿਟਮੈਂਟ ਕਰਾਂਗੇ ਤੁਹਾਡੇ ਨਾਲ ਵੀ ਜੋ ਅਸੀਂ ਕਹਾਂਗੇ ਉਹ ਕਰਾਂਗੇ ਲਿਖਤੀ ਦਵਾਂਗੇ ਲਿਖਤੀ ਦੇ ਦਾਂਗੇ ਬਿਲਕੁਲ ਦੇਵਾਂਗੇ ਲਿਖਤੀ ਦੇ ਦਾਂਗੇ ਸਾਡਾ ਮੈਨੀਫੈਸਟੋ ਜੇ ਅਸੀਂ ਜਾਰੀ ਕਰਾਂਗੇ ਜੋ ਅਸੀਂ ਕਹਾਂਗੇ ਉਹ ਕਰਾਂਗੇ ਬਾਈ ਤੁਸੀਂ ਬਾਰ ਬਾਰ ਕ腐ਸ਼ਨ ਦੂਰ ਕਰਨ ਦੀ ਗੱਲ ਕਰਦੇ ਹੋ ਸਿਸਟਮ ਠੀਕ ਕਰਨ ਦੀ ਗੱਲ ਕਰਦੇ ਹੋ ਗੱਲਾਂ ਕਰਦੇ ਹੋ ਪਰ ਰੋਡ ਮੈਪ ਕੀ ਆ ਲੋਕ ਅਧਿਕਾਰ ਲਹਿਰ ਦੇ ਕੋਲ ਕਿ ਕਿਸ ਤਰ੍ਹਾਂ ਸ਼ੁਰੂਆਤ ਹੋਊਗੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ 70 75 ਸਾਲਾਂ ਤੋਂ ਸਿਸਟਮ ਗੰਦਾ ਹੋ ਚੁੱਕਿਆ ਰੋਡ ਮੈਪ ਕੀ ਆ ਕੀ ਰਸਤਾ ਦਿਖਾਉਂਗੇ ਲੋਕਾਂ ਨੂੰ ਬਾਈ ਜੀ ਇਹ ਤਾਂ ਅਸੀਂ ਤੁਸੀਂ ਬਾਈ ਬਲਵਿੰਦਰ ਉਹਨਾਂ ਦੀਆਂ ਬਾਈ ਰੁਪਿੰਦਰ ਉਹਨਾਂ ਦੀਆਂ ਪਹਿਲੀ ਗੱਲ ਇਹ ਗੱਲ ਕਰਦੇ ਨੇ ਵੀ ਜਦੋਂ ਵੀ ਕੋਈ ਆਪਣਾ ਕਿਸੇ ਵੀ ਦੇਸ਼ ਨਾਲ ਜਾਂ ਜੰਗ ਲੜਨੀ ਹੋਵੇ ਆਪਣੇ ਇੱਕ ਸਟ੍ਰੈਟੇਜੀ ਹੁੰਦੀ ਆ ਵੀ ਆਪਾਂ ਨੇ ਇੱਕ ਮੈਪ ਬਣਾਉਣਾ ਪੈਂਦਾ ਵੀ ਇੱਥੇ ਨਦੀ ਆ ਇੱਥੇ ਦਰਿਆ ਹੈ ਤਾਂ ਹੀ ਉਹ ਜਿਹੜੀ ਕਮਾਂਡਰ ਹੁੰਦਾ ਹੈ ਨਾ ਉਹਨਾਂ ਦਾ ਉਹਨਾਂ ਦਾ ਕਮਾਂਡਿੰਗ ਕਰਦਾ ਉਹ ਨਾ ਜੇ ਹੁਣ ਆਪਾਂ ਨੂੰ ਪਤਾ ਨਹੀਂ ਕਿ پورے ਜੰਗਲ ਵਿੱਚ ਕਿੱਧਰ ਨੂੰ ਕਿੱਧਰ ਨੂੰ ਕਿੱਧਰ ਨੂੰ ਰਸਤਾ ਜਾਣਾ ਹੁਣ ਸਾਡਾ ਤਾਂ ਕੋਈ ਇਹ ਜਿਹਾ ਮਨੋ ਹੋ ਨਹੀਂ ਹੈਗਾ ਵੀ ਅਸੀਂ ਕੋਈ ਲੁੱਟ ਕਰਨੀ ਹੈ ਕੋਈ ਸਾਡਾ ਤਾਂ ਇਹ ਆ ਵੀ ਜਿੱਥੇ ਸਾਨੂੰ ਚੰਗੀ ਚੀਜ਼ ਮਿਲੂ ਚੰਗਾ ਰਸਤਾ ਮਿਲੂ ਹੁਣ ਇੱਕ ਦੋ ਰਸਤੇ ਨੇ ਇੱਕ ਦਿਖ ਰਿਹਾ ਵੀ ਇੱਧਰ ਨੂੰ ਲੁੱਟਖੋਵਾਲਾ ਇੱਕ ਦਿਖ ਰਿਹਾ ਵੀ ਇਹ ਸਾਫ਼ ਸੁਥਰਾ ਫਿਰ ਅਸੀਂ ਲੁੱਟਖੋਵਾਲੇ ਨੂੰ ਕਿਉਂ ਜਾਵਾਂਗੇ ਅਸੀਂ ਸਾਫ਼ ਸੁਥਰੇ ਰਸਤੇ ਨੂੰ ਜਾਵਾਂਗੇ ਇਹ ਸਾਡੀ ਸਟ੍ਰੈਟਜੀ ਪਹਿਲਾਂ ਹੀ ਬਣੀ ਚੁੱਕੀ ਆ ਸਾਡਾ ਮੈਪ ਬਣਿਆ ਹੋਇਆ ਵੀ ਅਸੀਂ ਨੇ ਕੰਮ ਚੰਗੇ ਹੀ ਕਰਨੇ ਆ ਚੰਗੇ ਚਿਹਰੇ ਲਿਆ ਕੇ ਹੀ ਅੱਗੇ ਜਦੋਂ ਅਸੀਂ ਚੰਗੇ ਕੰਮ ਕਰਾਂਗੇ ਲੋਕਾਂ ਨੂੰ ਅਸੀਂ ਕਹਿੰਦੇ ਸਾਨੂੰ 3 ਸਾਲ ਦੇਣ ਇਹ ਅਸੀਂ 5 ਵੀ ਨਹੀਂ ਪੂਰੇ ਮੰਗਦੇ ਹੈਗੇ ਪੌਣੇ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਕੋਈ ਬਾਹਲਾ ਕਰਜ਼ਾ ਨਹੀਂ ਹੈਗਾ ਬਾਈ ਜੀ ਇਹ ਇਹਦਾ ਇੱਕ ਠੇਕੇ ਦੇ ਰੈਵਨਿਊ ਦੀ ਲੋਟ ਆ ਜਾਣਾ ਕੰਮ ਸਾਰਾ 3 ਸਾਲ ਦੇ ਵਿੱਚ ਹੀ ਲੋਟ ਆ ਜਾਊਗਾ ਤੁਸੀਂ ਇਹਨਾਂ ਦੇ ਦੇਖੋ ਸੀ ਜਿਹੜੇ 2 ਨੰਬਰ ਦੇ ਵਿੱਚ ਸ਼ੋਅ ਕਰਦੇ ਕਿੰਨਾ ਨੇ ਤੇ ਸ਼ਰਾਬ ਦੀ ਵਿਕਰੀ ਕਿੰਨੀ ਆ ਕਿੱਥੇ ਜਾਂਦੀ ਆ ਪਾ ਕਟੋਕਟ 5 ਲੱਖ ਕਰੋੜ ਰੁਪਏ ਦੀ ਵਿਕਰੀ ਹੈ 44000 ਕਰੋੜ ਰੁਪਏ ਸ਼ੋਅ ਹੋ ਰਿਹਾ ਕਹਿਣ ਦਾ ਭਾਵ ਇਹ ਜੋ ਚੀਜ਼ਾਂ ਖਤਮ ਹੋ ਜਣੀਆਂ ਇਨਕਮ ਵਾਜਣੀਆਂ ਜੋਬਾਂ ਵਾਜਣੀਆਂ ਜਦ ਪਰ ਜਿਹੜੀ ਜੋ ਆਪਣੀਆਂ ਟਰਾਂਸਪੋਰਟ ਆ ਸਰਕਾਰੀ ਹੋਣੀ ਆ ਕਿੰਨੀਆਂ ਜੋਬਾਂ ਮਿਲਣੀਆਂ ਠੇਕੇ ਸਰਕਾਰੀ ਉਹਨੇ ਕਿੰਨੀਆਂ ਜੋਬਾਂ ਮਿਲਣੀਆਂ ਸਿਰਫ ਤੇ ਸਿਰਫ ਸਾਨੂੰ ਨਿਗਾ ਰੱਖਣੀ ਐ ਕਿ ਤਾਂ ਵੀ ਕਰਪਸ਼ਨ ਨਹੀਂ ਹੋਣ ਦੇਣੀ ਹੈਗੀ 117 ਸੀਟਾਂ ਨੇ ਆਖਰੀ ਸਵਾਲ ਪੰਜਾਬ ਵਿਧਾਨ ਸਭਾ ਨੇ 117 ਸੀਟਸ ਨੇ ਹਾਂਜੀ ਹਾਂਜੀ ਹਰ ਪਾਰਟੀ ਦਾਵਾ ਕਰਦੀ ਆ ਕਿ ਜਿਹੜੀਆਂ ਸੀਟਸ ਨੇ ਉਹ ਅਸੀਂ ਬਦਲੇ ਕੇ ਆਪਣੀ ਸਰਕਾਰ ਬਣਾਵਾਂਗੇ ਲੋਕ ਅਧਿਕਾਰ ਲਹਿਰ ਕਿੰਨੀਆਂ ਸੀਟਾਂ ਦੇਖ ਰਹੀ ਐ ਜਿੱਤਣ ਨੂੰ ਅਸੀਂ ਤੇ 117 ਦੀ 117 ਹੀ ਜਿੱਤਾਂਗੇ ਸਿਰਫ ਗੱਲ ਇੰਨੀ ਕਾ ਵੀ ਜਿਹੜੀਆਂ ਹੁਣ ਮਰੀਆਂ ਜ਼ਮੀਰਾਂ ਆਣਿਆ ਉਹਨਾਂ ਅੱਗੇ ਹੱਥ ਵਨ ਕੇ ਸਾਡੀ ਬੇਨਤੀ ਆ ਵੀ ਆਪਣੀਆਂ ਜ਼ਮੀਰਾਂ ਜੇ ਤੁਸੀਂ ਚਾਹੁੰਦੇ ਤੁਹਾਡੇ ਬੱਚਿਆਂ ਦਾ ਫਿਚਰ ਆਉਣ ਵਾਲੇ ਟਾਈਮ ਦੇ ਵਿੱਚ ਬਣ ਜਾਵੇ ਤਾਂ ਆਪਣੀ ਜ਼ਮੀਰ ਜਗਾ ਕੇ ਤੁਸੀਂ ਇੱਕ ਵਾਰੀ ਵਿਸ਼ਵਾਸ ਕਰਕੇ ਸਾਡੀ ਜਿਹੜੀ ਅਸੀਂ ਸੌਂ ਨਹੀਂ ਕੋਈ ਚੱਕਦੇ ਫੇਰ ਕਹਿੰਦੇ ਆ ਮੈਂ ਤੁਹਾਨੂੰ ਵੀ ਕੁਇਪਮੈਂਟ ਕਰਕੇ ਅਸੀਂ 117 ਦੇ 17 ਦੀ ਲੜਾਂਗੇ ਔਰ ਅਸੀਂ ਉਹ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਲੱਭਣ ਲੱਗਦਾ ਤਾਂ ਹਰ ਇੱਕ ਚੀਜ਼ ਜੇ ਤੁਸੀਂ ਆਮਲੇ ਦੇ ਲਓ ਕਰਦੇ ਹੋ ਤਾਂ ਵਹਿਰੂ ਦੀ ਜ਼ਰੂਰ ਅਰਦਾਸ ਪੂਰੀ ਸੁਣਦਾ ਜੇ ਤੁਸੀਂ ਸੱਚੇ ਮਨ ਨਾਲ ਕੋਈ ਕੰਮ ਕਰਦੇ ਹੋ ਤਾਂ ਉਹ ਜ਼ਰੂਰ ਪੂਰਾ ਹੁੰਦਾ ਜੇ ਥੋੜਾ ਵਿਸ਼ਵਾਸ ਆ ਠੀਕ ਨਹੀਂ ਤੋਂ ਧਰਮ ਤੇ ਰਾਜਨੀਤੀ ਦਾ ਸਾਡਾ ਪਹਿਲਾਂ ਵੀ ਵਿਰੋਧ ਰਿਹਾ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਰਾਜਨੀਤੀ ਨੂੰ ਅਸੀਂ ਲੱਗ ਰੱਖਾਂਗੇ ਗੁਰੂ ਮਹਾਰਾਜ ਨੂੰ ਲੱਗ ਰੱਖਾਂਗੇ ਅੱਜ ਦੀਆਂ ਜਿਹੜੀਆਂ ਪਾਰਟੀਆਂ ਧਰਮ ਦਾ ਨਾਮ ਵਰਤ ਕੇ ਜੋ ਇਹ ਖਲਵਾੜ ਪਾਤਾ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਵੀ ਇੱਕ ਬਹੁਤ ਬੜ ਦਾਲ ਆ ਰਹੇ ਨੇ ਬਹੁਤ ਬਹੁਤ ਸ਼ੁਕਰ ਹੈ ਬਾਈ ਜੀ ਹਾਂਜੀ ਧੰਨਵਾਦ ਜੀ ਪ੍ਰਾਇਰਟੀ ਟੀਵੀ ਦੇ ਸਾਰੇ ਦਰਸ਼ਕਾਂ ਦਾ ਅ ਦਰਸ਼ਕੋ ਇਹ ਸਨ ਬਾਈ ਹਰਿੰਦਰ ਸਿੰਘ ਜਿਹੜੇ ਫਤੇਗੜ ਸਾਹਿਬ ਤੋਂ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ 2022 ਦੇ ਇਲੈਕਸ਼ਨਾਂ ਜਿਹੜੀਆਂ ਨੇ ਲੋਕ ਅਧਿਕਾਰ ਲਹਿਰ ਵੱਲੋਂ ਲੜੀਆਂ ਜਾਣਗੀਆਂ ਬਾਈ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਵੱਡੇ ਦਾਅਵੇ ਕੀਤੇ ਗਏ ਨੇ ਕਿ ਅਸੀਂ ਇੱਕ ਕਮਿਟਮੈਂਟ ਕਰਾਂਗੇ ਪੰਜਾਬ ਦੇ ਲੋਕਾਂ ਦੇ ਨਾਲ 3 ਸਾਲ ਇਹਨਾਂ ਨੇ ਕਿਹਾ ਕਿ 3 ਸਾਲ ਸਾਡਾ ਕਾਰਜਕਾਲ ਦੇਖੋ ਫਿਰ ਪੰਜਾਬ ਦੇ ਲੋਕ ਜਿਹੜੇ ਨੇ ਬਿਲਕੁਲ ਫੈਸਲਾ ਕਰਨਗੇ 117 ਦੀ 117 ਤੇ ਨਾ ਸਿਰਫ ਇਹਨਾਂ ਨੇ ਲੜਨ ਦਾ ਐਲਾਨ ਕੀਤਾ ਹੈ ਸੰਗਾਂ ਤੇ 117 ਸੀਟਾਂ ਜਿਹੜੀਆਂ ਜਿੱਤਣ ਦੇ ਐਲਾਨ ਵੱਡੇ ਹੋਏ ਨੇ ਦੇਖਣਾ ਇਹ ਹੋਵੇਗਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਜੋ ਇਹ ਗੱਲਾਂ ਕਰਦੇ ਨੇ ਕ腐ਸ਼ਨ ਦੂਰ ਕਰਨ ਦੀਆਂ ਜਾਂ ਉਸ ਸਿਸਟਮ ਠੀਕ ਕਰਨ ਦੀਆਂ ਕਿੰਨਾ ਕ ਲੋਕਦਾਰ ਲਹਿਰ ਖੜੀ ਉੱਤਰਦੀਆਂ ਅਗਲੀ ਅਪਡੇਟ ਦੇ ਨਾਲ ਤੁਹਾਨੂੰ ਜਲਦੀ ਮਿਲਦੇ ਹਾਂ ਇਜਾਜ਼ਤ ਦਿਓ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ ਧੰਨਵਾਦ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Pride Punjab TV ਤੇ ਸਾਡਾ Facebook ਪੇਜ Pride Punjab TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ